ਨਾਨਕ ਸਿੰਘ ਦੀ ਕਹਾਣੀ ਅਰਜੀ ਅੱਜ ਸਵੇਖ ਤਈ ਉੱਠ ਬੈਠਾ ਹੈ ਪਰ ਉਹਦਾ ਭਈਆ bari بوਕਰ ਤੋਂ ਵਿਲੀ ਹੋ ਕੇ 파ਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਹਨੂੰ ਪੁੱਛਿਆ ਅੱਖਾਂ ਸੁਜੀਆਂ ਜਾਪਦੀਆਂ ਨਹੀਂ ਰਾਤੀ ਜਾਗਦਾ ਰਿਆ ਸੈਂ ਮੱਥਰਾ ਕਰਕੇ ਨੀਂਦਰ ਨਹੀਂ ਸੀ ਪਈ ਉਹ ਬਾਸੀ ਲੈ ਕੇ ਮੂੰਹ ਤੇ ਹੱਥ ਫੇਰਦਿਆਂ ਰਮੇਸ਼ਾ ਨੇ ਉੱਤਰ ਦਿੱਤਾ ਨਾਲੇ ਜਿੱਦਨ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ ਉਦੋਂ ਰਾਤੀ ਨੀਂਦਰ ਘਾਟ ਹੀ ਪੈਂਦੀ ਹੈ ਕੀ ਕੰਮ ਸੀ ਐਡਾ ਜ਼ਰੂਰੀ ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁੱਛਿਆ ਕਿ ਸਾਮੀਵਲ ਜਾਣਾ ਈ ਆਹੋ ਸਾਮੀ ਦਾ ਹੀ ਸਿਆਪਾ ਕਰਨ ਉਸ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ ਕਚਹਿਰੀ ਜਾਣਾ ਹੈ ਕਚਹਿਰੀ ਪਾਰੋ ਦੀ ਮਾਂ ਕੱਟੇ ਵਾਲੇ ਹੱਥ ਛਾੜਦੇ ਹੋਏ ਉਹਦੇ ਮੰਜੇ ਦੀ ਹੀ ਤੇ ਬੈਠ ਕੇ ਬੋਲੀ ਅੱਜ ਤਰੀਕੇ ਫੱਜੇ কুমਹਾਰ ਦੀ ਓਏ ਫੱਜੇ ਦਾ ਪੁਆੜਾ ਤੇ ਅਜੇ ਦੂਰ ਈ ਰਾਮੇਸ਼ਾਨ ਖਿੱਚ ਕੇ ਕਿਹਾ ਉਸ ਵਿਗੜੇ ਹੋਏ ਜੱਟ ਦੀ ਧੌਣ ਚੁੱਕੇ ਲਾ ਕੱਢਣਾ ਏ ਜ਼ਰਾ ਇਹ ਝੂਠਾ ਰਾਸ ਆਉਂਦੀਆਂ ਨੇ ਲਿਆਜ ਨਾਲ ਵਿੰਗਾ ਤੱਕਲਾ ਜੁੱਤੀ ਨਾਲ ਹੀ ਸਿੱਧਾ ਹੁੰਦਾ ਹੈ ਦੇਣ ਵੇਲੇ ਤੇ ਜਿੱਕਨ ਮੂੰਹ ਚ ਜ਼ਵਾਨੀ ਹੁੰਦੀ ਤੇ ਜਦੋਂ ਲੈਣ ਦਾ ਵੇਲਾ ਆਏ ਸ਼ੀਖ ਖੋਖਰੋ ਪੈਂਦੇ ਨੇ ਕੱਲ ਲੇਖਾ ਕਰਨ ਗਿਆ ਤੇ ਗਿੱਠ ਗਿੱਟ ਭੌਏ ਤੋਂ ਉੱਛਲ ਕੇ ਪਵੇ ਜਿੱਕਨ ਬੜੇ ਕਿਸੇ ਨਵਾਬ ਦਾ ਪੁੱਤਰ ਹੁੰਦਾ ਗਿੱਜਾ ਹੋਇਆ ਹੈ ਦੁਨੀਏ ਹਟਵਾਣੀਆਂ ਦਾ ਖਾ ਪੀ ਕੇ ਮਾਰਿਆ ਮੁੱਛਾਂ ਤੇ ਹੱਥ ਤੇ ਚੱਲ ਤੂੰ ਗੌਣ ਤੇ ਮੈਂ ਕੌਣ ਨਾਨੀ ਨਾ ਚੇਤੇ ਕਰਾਤੀ ਤੇ ਆਖੀ ਸਮਝਿਆ ਕੀ ਹੋਇਆ ਇਸ ਮੈਨੂੰ ਅਕੇ ਜਾਦ ਦੀ ਘੋੜ ਖਿਰਲੀ ਛਤੀਰਾ ਨੂੰ ਜਫੇ ਬੋਲਦਿਆਂ ਬੋਲਦਿਆਂ ਰਮੇਸ਼ਾਹ ਦੇ ਚੁਰੜੀਆਂ ਭਰੇ ਖਮੀਰੇ ਚਿਹਰੇ ਉੱਤੇ ਲਾਲੀ ਦੌੜ ਗਈ ਤੇ ਛੇਕਣਲੇ ਵਾਕ ਦੇ ਨਾਲ ਹੀ ਇੰਨੀ ਜ਼ੋਰ ਦੀ ਖੰਗ ਛਿੜ ਪਈ ਕਿ ਚੋਖਾ ਚਿਹਰਾ ਦਾ ਸਾਹ ਨਾਲ ਸਾਹ ਨਾਲ ਰਲਿਆ ਇਸੇ ਹਾਲਤ ਵਿੱਚ ਉਹਨੇ ਕੋਲ ਪਏ ਲੰਮੀ ਨੜੀ ਵਾਲੇ ਹੁੱਕੇ ਨੂੰ ਆਪਣੇ ਵੱਲ ਮੋੜ ਕੇ ਪੂਰੇ ਜ਼ੋਰ ਦਾ ਇੱਕ ਸੂਟਾ ਖਿੱਚਿਆ ਤੇ ਸ਼ਾਇਦ ਚਿਲਮ ਵਿੱਚ ਅੱਗ ਸੌਂ ਚੁੱਕੀ ਸੀ ਜਿਸ ਕਰਕੇ ਧੁਐਂ ਦੀ ਥਾਂ ਪਾਣੀ ਦਾ ਘੁੱਟ ਉਹਦੇ ਸੰਗ ਚ ਲੰਘ ਗਿਆ ਜਿਨੇ ਖਾਂਗ ਹੋਰ ਤੇਜ਼ ਕਰ ਦਿੱਤੀ ਤੇ ਨਾਲ ਹੀ ਹੁੱਥੂ ਆ ਜਾਣ ਕਰਕੇ ਅੱਖਾਂ ਵੀ ਡਲਕ ਪਈਆਂ ਅੱਗੇ ਹੀ ਪਿਆ ਦਿਸਦਾ ਸੀ ਕਿ ਪਰ ਉਹਦੀ ਮਾਂ ਨੇ ਹਮਦਰਦੀ ਤੇ ਦਾਈਏ ਭਰੇ ਰੋਚ ਗਿਆ ਨਾ ਜੋ ਕਿਸੇ ਦੀ ਅੱਖੇ ਲੱਗਦਾ ਹੋਈਆਂ ਤੂੰ ਥੋੜਾ ਬੋਲੀ ਸਾਂ ਉਸ ਵੇਲੇ ਵੀ ਨਾ ਦੇ ਇਸ ਬੁੱਕ ਰਪਈਆਂ ਦਾ ਕੱਢ ਕੇ ਕੋਈ ਨਹੀਂ ਉਹ ਹਾਲ ਅੱਜ ਕੱਲ੍ਹ ਉਧਾਰ ਦੇਣ ਦਾ ਪਰ ਤੂੰ ਤੇ ਮੈਨੂੰ ਸਮਝਿਆ ਹੋਇਆ ਵੀ ਕੁੱਤੀ ਪਿਆਪੇ ਭੌਂਗ ਭੌਂਗ ਕੇ ਚੁੱਪ ਕਰ ਜਾਏਗੀ ਛੇਕੜੇ ਉਹੀ ਗੱਲ ਹੋਈ ਕਿ ਨਾ ਨਾ ਦੇਂਦਿਓ ਤੇ ਕਾਹਨੂੰ ਅਜ ਪਵਾੜਾ ਪਹਿਣਾ ਸੀ ਅਖੇ ਘਰੋਂ ਘਰ ਗਵਾਣਾ ਤੇ ਬਾਹਰੋਂ ਪੜੂਆ ਖਵਾਣਾ ਉਤੋਂ ਬੰਦਾ ਮਾਰਿਆ ਅੱਜਕੱਲ ਪੈਸਾ ਨਹੀਂ ਲੱਭਦਾ ਅਰਜ਼ੀਆਂ ਪਾ ਪਾ ਕੇ ਅੱਗੇ ਥੋੜੀਆਂ ਖਟੀਆਂ ਖੱਟ ਲਈਆਂ ਮੁਕਤ ਦਾ ਸਗੋ ਜੱਟਾਂ ਨਾਲ ਵੈਰ ਵੀ ਹਾਜਣਾ ਹੁੱਕੇ ਤੋਂ ਚਿਲਮਲਾ ਕੇ ਸੰਗਲੀ ਬੰਨੀ ਚਿਮਟੀ ਨਾਲ ਉਸ 'ਚ ਅੱਗ ਦੀ ਕੋਈ ਅੰਗਾਰੀ ਟੋਲਦਾ ਹੋਇਆ ਰਮੇਸ਼ਾ ਓਕੇ ਓਕੇ ਸਾਹ ਨਾਲ ਬੋਲਿਆ ਓਕ ਲੈਣੀਏ ਤੂੰ ਹਰ ਕੰਮ 'ਚ ਨੰਨਾ ਨਾ ਪਾਇਆ ਕਰ ਜਿਸ ਕੰਮ 'ਚ ਕਲ ਜੀ ਪੀਏ ਨਾ ਪਾ ਦੇਨੀ ਏ ਉਹ ਕਦੇ ਸਿਰੇ ਨਹੀਂ ਚੜਿਆ ਆਡਾ ਲਾ ਬੈਨੀ ਏ ਵੱਡੇ ਵੇਲੇ ਸਵੇਰੇ ਸਵੇਲੇ ਲਿਆ ਲਸੀ ਦਾ ਛੰਨਾ ਤੇ ਰਾਤ ਦੀ ਕੋਈ ਰੋਟੀ ਬਚੀ ਖੁਜੀ ਹੈਗੀ ਆ ਤੇ ਮੈਨੂੰ ਕਚਹਿਰੀ ਨੂੰ ਅਵੇਰਾ ਹੋ ਜਾਏਗਾ ਪੰਜ ਕੋ ਪੰਡਾ ਏ ਮਸੀ ਕਿਤੇ ਵੇਲੇ ਸਿਰ ਪੜਾਂਗਾ ਮੈਂ ਆਨੀਆ ਮੰਜੇ ਤੋਂ ਉੱਠਦੀ ਹੋਈ 파ਰੋ ਦੀ ماں ਘੁਰਕੀ ਤੈਨੂੰ ਹੋਕ ਹੀ ਗਿਆ ਵੇ 파ਰੋ ਦੇ ਭਾਈਆ ਸਿੱਧੀ ਗੱਲ ਕਰੋ ਤਾਂ ਵੀ ਪੁੱਠਾ ਪੈਣਾ ਨਹੀਂ ਤੈਨੂੰ ਮੇਰੀ ਗੱਲ ਸੁਖਾਂਦੀ ਤੇ ਨਾ ਆਖਿਆ ਕਰਾਂਗੇ ਤੇ ਮੇਰੇ ਵੱਲੋਂ ਲੁੱਟਾਈ ਜਾ ਬੇਸ਼ੱਕ ਦੋਈ ਹਤੀ ਮੈਨੂੰ ਕੀ ਏ ਭਲੇ ਦੀ ਗੱਲਾ ਲੱਖੋ ਵੀ ਤੱਢ ਬੈਨਾ ਲਾਲੀਆਂ ਤੜਨ। ਉਹ ਰੱਬ ਦੀਏ ਮਾਰੀ। ਉਸੇ ਤਰ੍ਹਾਂ ਠੰਡੀ ਚਲਮ ਚ ਚਿਮਟੀ ਫੇਰਦਾ ਰਮੇਸ਼ਾ ਬੋਲਿਆ। ਜਾਏਂਗੀ ਇਥੋਂ ਕਿ ਸੁਣੇਂਗੀ ਮੇਰੇ ਮੂੰਹ ਹੋਰ ਕੁਝ। ਕੁਪੱਤੀ ਨਾ ਹੋਵੇ ਤਾਂ। ਮੇਰੀ ਜੁੱਤੀ ਤ ਮੈਨੂੰ ਕੀ ਪਈਏ? ਤੇਰੇ ਨਾਲ ਜਿੰਨੀ ਹੋਵੇ ਥੋੜੀ ਏ। ਹੋਰ ਦੇ ਕੱਡ-ਕੱਡ ਕੇ ਥੈਲੀਆਂ। ਬੜਬੜਾਉਂਦੀ ਹੋਈ ਪਾਰੋ ਦੀ ਮਾਂ ਬਾਹਰ ਚਲੀ ਗਈ। ਤੇ ਇਧਰ ਰਾਮੇਸ਼ਾ ਦੂਰੇ ਨਹੀਂ تیرے ਗੁੱਸੇ ਨਾਲ ਤਪ ਰਿਆ ਸੀ ਇੱਕ ਸਾਮੀ ਦੀ ਕੱਲ ਵਾਲੀ ਬਦਸਲੂਕੀ ਦੂਜਾ ਉੱਠਦਿਆਂ ਹੀ ਪਾਰੋ ਦੀ ਮਾਂ ਦਾ ਕਲੇਸ਼ ਤੇ ਤੀਜਾ ਚੇਲਮ ਦੀ ਬੇਵਫਾਈ ਜਿਸ ਚ ਅਜੇ ਪੌਣਾ ਘੰਟਾ ਨਹੀਂ ਹੋਇਆ ਉਹਨੇ ਤਮਾਕੂ ਪਾਇਆ ਸੀ ਤੇ ਹੁਣ ਉਸ ਚ ਨਤਮਾਕੂ ਸੀ ਨਾ ਅੱਗ ਤੇ ਉਹਦੇ ਦਿਲ ਵਾਂਗੀ ਤੁਖਦੀ ਤੁਖਦੀ ਪਤਾ ਨਹੀਂ ਕਿਹੜੇ ਵੇਲੇ ਸੁਆਹ ਹੋ ਗਈ ਸੀ ਇੰਨੇ ਨੂੰ 12 13 ਵਰਿਆਂ ਦੀ ਮੈਲੇ ਜੇ ਕੱਪੜੇ ਪਾਈ ਕੁੜੀ ਲੱਸੀ ਦਾ ਛੰਨਾ ਤੇ ਦੋ ਬਈਆਂ ਰੋਟੀਆਂ ਲੈ ਕੇ ਆਈ ਲੈ ਜਾ ਪਰੇ ਜਾ ਕੇ ਮਾਰਸੂ ਮੱਥੇ ਨਾਲ ਕਿਆ ਨੇ ਆਇਆ ਰਮੇਸ਼ਾ ਨੇ ਚਿਲਮੋਸਵਲ ਕਰਕੇ ਗਿਆ ਜਾ ਇਥੋਂ ਰਤ ਤਮਾਕੂ ਪਾ ਕੇ ਅੱਗ ਦੇ ਦੋ ਕੋਲੇ ਧਰ ਲਿਆ ਪਿਓ ਦੀ ਭਵਕ ਸੁਣ ਕੇ ਪਾਰੋ ਬਿਨਾ ਹੋਰ ਕੁਝ ਗਿਆ ਇੱਕ ਹੱਥ ਵਿੱਚ ਚਿਲਮ ਦੂਜੇ ਵਿੱਚ ਰੋਟੀਆਂ ਛੰਨਾ ਲਈ ਵਾਪਸ ਮੁੜੀ ਉਹ ਜਿੱਦੇ ਲਈ ਜਾਂ ਤਾਂ ਕੀ ਪਹੁੰਚੀ ਸੀ ਮਗਰੋਂ ਰਮੇਸ਼ਾ ਨੇ ਆਵਾਜ਼ ਦਿੱਤੀ ਲੈ ਫੂਗ ਫੇਰ ਓਰੇ ਫੇਰ ਪੈਸਾ ਢੁਸੜੂ ਕਰੇਗੀ ਤੇ ਮਾਂ ਤੇਰੀ ਅਸਲ ਤੇ ਪਾਰੋ ਦੀ ਮਾਂ ਉੱਤੇ ਮਿਹਰਬਾਨੀ ਨਹੀਂ ਸੀ ਸਭ ਉਹ ਰਮੇਸ਼ਾ ਨੂੰ ਝਟ ਗਿਆ ਲ ਆ ਗਿਆ ਕਿ ਸ਼ਹਿਰ ਜਾ ਕੇ 4 ਰਾਂ ਦੇ ਖਰਚੇ ਵੀ ਢਿੱਡ ਨਹੀਂ ਪਰਨਾ ਤੋ ਘੁੱਟ ਗਰਾਈ ਕਰਦਾ ਹੋਇਆ ਰੋਟੀ ਖਾ ਰਿਆ ਸੀ ਤੇ ਉਹਦੀਆਂ ਅੱਖਾਂ ਅੱਗੇ ਉਹੀ ਕੱਲ ਵਾਲਾ ਬਿਸ਼ਨਾ ਜੱਟ ਫਿਰ ਰਿਹਾ ਸੀ ਉਹਦੇ ਕੰਨਾਂ 'ਚ ਜੱਟ ਦੀ ਕੜਕਵੀਂ ਆਵਾਜ਼ ਅਜੇ ਤੱਕ ਗੂੰਜ ਰਹੀ ਭੱਜ ਜਾ ਇੱਥੋਂ ਨਹੀਂ ਤੇ ਵਹੀ ਪਾੜ ਕੇ ਛੱਪੜ 'ਚ ਸੁੱਟ ਦਊਂਗਾ ਹੀ ਗਰਾਈ ਉਹਦੇ ਸੰਗ 'ਚ ਫਸ ਗਈ ਜਿਹਨੂੰ ਲੱਸੀ ਦਾ ਵੱਡਾ ਸਾਰਾ ਘੁੱਟ ਭਰ ਕੇ ਲਗਾਉਂਦਾ ਹੋਇਆ ਸੋਚਣ ਲੱਗਾ ਜੇ ਫੜਵਾ ਸੱਚਮੁੱਚ ਹੀ ਵਹੀ ਮੇਰੇ ਕੋਲੋਂ ਖੋ ਕੇ ਨਾਲ ਦੇ ਛੱਪੜ 'ਚ ਸੁੱਟ ਛੱਡਦਾ ਤਾਂ ਕੀ ਬਣਦਾ ਸਾਰੀ ਉਮਰ ਦੀ ਖੱਟੀ ਉਸ ਬਦਮਾਸ਼ ਦੇ ਇੱਕ ਝਟਕੇ ਨਾਲ ਬਰਬਾਦ ਹੋ ਜਾਂਦੀ ਕਿੰਨਾ ਨੁਕਸਾਨ ਹੁੰਦਾ ਤੇ ਦਿਆਲਾ ਨੰਬਰਦਾਰ 500 ਕਰਮ ਸਿੰਘ ਮਦੋਕਿਆਂ ਦਾ 400 1200 ਸੰਧੂ ਦਾ 250 ਰਣ ਸਿੰਘ ਕਰਮਾ ਲੋਹਾਰ ਦਾਦੂ ਤੇਲੀ ਬਿੱਲਾ ਰੁਲੀਏ ਦਾ ਜੈਲਾ ਉਮਰੇ ਦਾ ਬਾਕੀ ਨਿੱਕ ਪਰਚੂਨ ਸਾਰਾ ਰਲਾ ਮਿਲਾ ਕੇ 3 3/2000 ਲੈ ਪਈਆ ਪਰ ਉਹਨੇ ਚਿਲਮ ਹੁੱਕੇ ਤੇ ਰੱਖ ਕੇ ਗਿਆ ਛੰਨੇ ਦਾ ਛੇਕੜਾ ਘੁੱਟ ਖਤਮ ਕਰਕੇ ਰਮੇਸ਼ਾ ਨੇ ਹੁ ਕੇਵਲ ਮੂੰਹ ਮੋੜਿਆ ਥੋੜੇ ਚਿਰ ਚ ਕੋਠੜੀ ਧੂਏ ਨਾਲ ਭਰ ਗਈ ਇਸ ਤੋਂ ਦਲੇ ਜੇ ਬੱਦਲ ਚ ਉਹਨੂੰ ਪੌਣੇ 300 ਦੀ ਰਕਮ ਨੋਟਾਂ ਦੇ ਰੂਪ ਚ ਤੇ ਕੁਝ ਚਾਂਦੀ ਦੇ ਸਿੱਕਿਆਂ ਦੇ ਰੂਪ ਚ ਪਾਉਂਦੀ ਦਿਸਦੀ ਸੀ ਕਦੀ ਉਹ ਦੇ ਨੇੜੇ ਆ ਜਾਂਦੀ ਕਦੀ ਦੂਰ ਹੁੰਦੀ ਹੁੰਦੀ ਤੂੰ ਐਂ ਚ ਲੋਪ ਹੋ ਜਾਂਦੇ ਵਹੀ ਦੀ ਵਹੀ ਨੂੰ ਚਾਦਰ ਦੀ ਕੰਨੀ ਬਨ ਕੇ ਜਦੋਂ ਆਪਣੀ ਪੱਕੀ ਹਵੇਲੀ ਦੀ ਡਿਊਟੀ ਕੋਲ ਪੁੱਜਾ ਤੇ ਮਹੀਂ ਦੀ ਖੁਰਲੀ ਉੱਤੇ ਸੱਜੀ ਲਾਤ ਟਕਾ ਕੇ ਉਹਨੇ ਇੱਕ ਵਾਰੀ ਫੇਰ ਵਹੀ ਖੋਲੀ ਤੇ ਬਿਸ਼ਨੇ ਜੱਟ ਵਾਲਾ ਪੰਨਾ ਕੱਢ ਕੇ ਚੰਗੀ ਤਰ੍ਹਾਂ ਵੇਖਣ ਲੱਗਾ 150 ਦੀ ਰਕਮ ਉੱਤੇ ਅੰਗੂਠੇ ਦਾ ਨਿਸ਼ਾਨ ਬਿਲਕੁਲ ਠੀਕ ਸੀ। ਹੀਠਾਂ ਕਿਰਪਾ ਸਿੰਘ ਤੇ ਜਵਾਲਾ ਸਿੰਘ ਦੀਆਂ ਗਵਾਹੀਆਂ ਵੀ ਜਿਉਂਦੀਆਂ ਤਿਉਂ ਸਨ। ਕੁਝ ਵੀ ਗਵਾਚਾ ਨਹੀਂ ਸੀ। ਵਿਆਜ ਦਾ ਵੀ ਪੂਰਾ 135 ਬਣਦਾ ਸੀ। ਪਰ ਰਮੇਸ਼ਾ ਨੂੰ ਰਹਿ-ਰਹਿ ਕੇ ਭਰਮ ਪੈਂਦਾ ਕਿ ਗੂੜੀ ਛਾ ਦੇ ਮੋٹے ਅੱਖਰ ਮਿਟ ਨਾ ਗਏ ਹੋਣ ਜੋ ਹਾਕਮ ਕੋਲੋਂ ਪੜ੍ਹੇ ਹੀ ਨਾ ਜਾਣ ਤੇ ਜਾਂ ਹੋਰ ਕੋਈ ਕਾਨੂੰਨੀ ਗਲਤੀ ਨਾ ਰਹਿ ਗਈ ਹੋਵੇ ਜਿਸ ਕਰਕੇ ਇਜਰਾ ਡਿਗਰੀ ਮਿਲਣ 'ਚ ਢਿੱਲਮੱਠ ਪੈ ਜਾਏ। ਪਿੰਡੋਂ ਬਾਹਰ ਨਿਕਲ ਕੇ ਜਦੋਂ ਸੜਕ ਤੇ ਪੁੱਜਾ ਮਗਰੋਂ ਧੜ ਧੜ ਕਰਦਾ ਇੱਕ ਟਾਂਗਾ ਉਹਦੇ ਕੋਲ ਆ ਕੇ ਰੁਕਿਆ ਕੋਚਵਾਨ ਨੇ ਆਵਾਜ਼ ਦਿੱਤੀ ਸ਼ਾਹੀ ਬਹਿ ਜਾਓ ਜਿਲੇ ਚਲਣਾ ਜੇ ਤਾਂ ਰਮੇਸ਼ਾ ਨੇ ਪਛਾਣ ਪਰਤ ਕੇ ਟਾਂਗੇ ਵੱਲ ਤੱਕਿਆ ਟਾਂਗੇ ਦੀਆਂ ਪਾਟੀਆਂ ਹੋਈਆਂ ਟਾਟ ਦੀਆਂ ਗੱਦੀਆਂ ਚੋਂ ਪਰਾਲੀ ਬਾਹਰ ਨਿਕਲੀ ਸੀ ਤੇ ਢੋ ਦਾ ਇੱਕ ਸਿਰ ਆਪਣੀ ਥਾਂ ਤੋਂ ਖੜ ਕੇ ਇੱਕ ਬੰਨੇ ਉਲਰਿਆ ਆਇਆ ਸੀ ਘੋੜੇ ਦਾ ਕਦ ਟਾਂਗੇ ਨਾਲੋਂ 2.5 ਫੁੱਟ ਉੱਚਾ ਸੀ ਜੀਦੀ ਖਲੜੀ ਦਾ ਚੁੱਖਾ ਹਿੱਸਾ ਛਿਲਿਆ ਹੋਇਆ ਹੁਣ ਕਰਕੇ ਹਜ਼ਾਰਾਂ ਮੱਖੀਆਂ ਉੱਤੇ ਭਿੰਕ ਰਹੀਆਂ ਸਨ ਮੱਖੀਆਂ ਉਡਾਣ ਲਈ ਘੋੜਾ ਜਿੰਨੀ ਵਾਰੀ ਪੂਛਲ ਚੁੱਕ ਕੇ ਫੇਰਦਾ ਉੰਨੀ ਵਾਰੀ ਅਗਲੀ ਸੀਟ ਤੇ ਬੈਠੀ ਬੁਰਕੇ ਵਾਲੀ ਸਵਾਰੀ ਤਰਭ ਕੇ ਪਿਛਾਂ ਹੋ ਜਾਂਦੀ ਕਿ ਗੰਦੀ ਪੂਛਲ ਉਹਦਾ ਬੁਰਕਾ ਨਾਲ ਲਵੇਟ ਸੁੱਟੇ ਘੋੜੇ ਦਾ ਢਾਂਚਾ ਵੇਖ ਕੇ ਜੱਬਦਾ ਸੀ ਉਹਦੀ ਖਾਦੀ ਖੁਰਾਕ ਮਾਸ ਦੀ ਥਾਂ ਉਹਦੀਆਂ ਹੱਡੀਆਂ ਨੂੰ ਹੀ ਵਧਾਵਲਾ ਰਹੀਏ ਪਿਛਲੀਆਂ ਸੀਟਾਂ ਤੇ ਦੋ ਜੱਟ ਬੈਠੇ ਹੱਥਾਂ ਨਾਲ ਭਨ-ਭਨ ਖਰਬੂਜੇ ਖਾ ਰਹੇ ਸਨ ਜਿਨ੍ਹਾਂ ਦੀਆਂ ਸੁੱਟੀਆਂ ਛਿੱਲਾਂ ਨੂੰ ਇੱਕ ਲੁੰਡੀ ਪੂਛਲ ਵਾਲੀ ਬੱਕਰੀ ਨਾਲੋਂ ਨਾਲ ਸਮੇਟੀ ਜਾਂਦੀ ਸੀ ਕੀ ਲੈਣਾ ਹੀ ਬਈ ਗੱਲ ਕਰ ਪੁੱਛਦਿਆਂ ਰਮੇਸ਼ਾਨ ਨੇ ਪਹਿਲਾਂ ਆਪਣੀ ਜੁੱਤੀ ਤੇ ਸੱਜੇ ਛਿੱਤਰ ਵੱਲ ਤੱਕਿਆ ਜਿਹੜਾ ਪੱਬ ਤੋਂ ਪਾਟਾ ਹੋਇਆ ਸੀ ਤੇ ਫਿਰ ਕੱਚੇ ਮਾਰੀ ਹੋਈ ਵਹੀਵਲ ਜਿਹੜੀ ਲੱਠੇ ਦੀ ਚਾਦਰ ਦੀਆਂ ਕਈ ਤਹਾਂ ਚ ਲਪੇਟੀ ਸੀ ਤਿੰਨਾਂ ਨੇ ਸ਼ਾਹ ਜੀ ਤਾਂਗੇ ਵਾਲੇ ਨੇ ਗੱਲ 'ਚ ਪਈ ਪਗੜੀ ਨੂੰ ਠੀਕ ਕਰਦਿਆਂ ਹੋਇਆਂ ਕਿ ਪੋਛਲਰ ਨਾਲ ਦੀਆਂ ਸਵਾਰੀਆਂ ਨੂੰ ਤੁਹਾਡੇ ਕੋਲੋਂ ਕੋਈ ਵਧ ਲੈ ਲੈਣੇ ਨੇ ਉਹਨੇ ਆਸ ਭਰੀ ਨਜ਼ਰ ਨਾਲ ਸ਼ਾਹਵਾਲ ਤੱਕਿਆ ਏਖਾ ਰਾਮੇ ਨੇ ਥੋਤੀ ਦੇ ਵਧਵੇਂ ਲੜ ਤੋਂ ਘੱਟਾ ਛਾੜਦਿਆਂ ਕਿ ਤਿੰਨ ਨਾਨੇ ਨਾ ਤਿੰਨਾਂ ਨੇ ਬੜੀ ਦੂਰ ਹੈ ਜਿੱਕਣ ਕਚਹਿਰੀ ਪਿਛਲੀ ਸੀਟ ਤੇ ਬੈਠੀਆਂ ਦੋਆਂ ਸਵਾਰੀਆਂ ਚੋਂ ਇੱਕ ਨੇ ਕਿਹਾ ਬਹਿ ਜਾਓ ਸ਼ਾਹ ਜੀ ਕੜਕ ਦੀ ਦੁਪਹਿਰੀ ਕਿੱਥੇ ਘੱਟਾ ਫੱਕਦੇ ਜਾਓਗੇ ਬਹਿ ਜਾਓ ਸ਼ਾਹ ਜੀ ਕੋਚਵਾਨ ਨੇ ਟਾਂਗੇ ਤੋਂ ਉਤਰ ਕੇ ਘੋੜੇ ਦੇ ਤੰਗ ਨੂੰ ਜਿਹੜਾ ਇੱਕ ਨੀਲੇ ਢਿਲਕਵੇਂ ਸਾਫੇ ਨਾਲ ਬੰਨਿਆ ਸੀ ਕਸਨੀਆਂ ਅੱਖਿਆ ਗਿਆ ਪੰਜ ਕੋ ਪੱਕਾ ਪੰਡਾ ਐ ਸ਼ਾਹ ਜੀ ਉਤੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਦੀ ਐ ਬਹੁਤੇ ਤੇ ਨਹੀਂ ਤੇ ਇਨਾਂ ਨੇ ਪੰਜ ਕੋ ਬਲਿਓਏ ਸ਼ਾਹ ਨੇ ਚਾਦਰ ਦੀ ਕੰਨੀ ਨਾਲ ਮੱਥੇ ਤੋਂ ਮੁੜਕਾ ਪਹੁੰਦਿਆ ਗਿਆ ਆਵਾਜ਼ ਮਾਰੀ ਕਚਹਿਰੀ ਐਪੜ ਜਾਂਦੀ ਐ ਪੰਜ ਕੋ ਤੇ ਸੜਕੇ ਸੜਕ ਤੁਰ ਪਿਆ ਅੱਛਾ ਢਾਈ ਅਨ ਨੇ ਦੇ ਦੇਣੇ ਕੋ ਚਵਨ ਪਿੱਛੋਂ ਆਵਾਜ਼ ਦਿੱਤੀ 6 ਪੈਸੇ 6 ਪੈਸੇ ਬਿਨਾ ਟਾਂਗੇਵਾਲ ਤੱਕਿਆ ਸ਼ਾਹ ਨੇ ਕਿਹਾ ਤੇ ਮੂੰਹ ਧਿਆਨ ਟੁਰਿਆ ਗਿਆ। ਅੱਧੇ ਕੁ ਫਰਾਂਗ ਤੇ ਜਾ ਕੇ ਉਹਨੇ ਇੱਕ ਦੋ ਵਾਰੀ ਫੇਰ ਪਛਾਣ ਤੱਕਿਆ ਕਿ ਸ਼ਾਇਦ ਟਾਂਗੇਵਾਲਾ ਆਵਾਜ਼ ਮਾਰ ਲੇ ਪਰ ਟਾਂਗੇਵਾਲਾ ਸਮਝ ਚੁੱਕਾ ਸੀ ਵੀ ਸ਼ਾਹ ਨੇ ਪੈਸੇ ਨਹੀਂ ਖਰਚਣੇ। ਟੁਰੇ ਜਾਂਦਿਆਂ ਸ਼ਾਹ ਨੂੰ ਇੱਕ ਵਾਰੀ ਫੇਰ ਖਿਆਲ ਆਇਆ। ਦੋਅਨੇ ਖਬਰੇ ਮੰਨ ਲੈਂਦਾ ਪਰ ਪਿੱਛੇ ਮੁੜਨ ਤੇ ਮੁੜ ਟਾਂਗੇਵਾਲੇ ਨੂੰ ਕੁਝ ਕਹਿਣਾ ਉਹਨੂੰ ਆਪਣੀ ਹੱਦ ਤੱਕ ਜਾਪੀ। ਫਿਰ ਇਸ ਗੱਲ ਦਾ ਕੀ ਭਰੋਸਾ ਵੀ ਉਹ ਦੋਅਨੇ ਮੰਨ ਲਏਗਾ। ਦੁਬਾਰਾ ਆਉਂਦਿਆਂ ਵੇਖ ਕੇ ਤੇ ਉਹਨੇ ਅਸਗੋਂ ਭੂਏ ਹੋ ਜਾਣਾ। ਚਲੋ ਛੱਡੋ ਪਰ ਟਾਈਆਂ ਨੇ ਆਖਿਰ ਕਿਸ ਗੱਲ ਦੇ ਟਾਈਆਂ ਨੇ ਸਹਿਜ ਪਹਾੜ ਨਾਲ ਤੁਰਿਆ ਜਾਵਾਂ ਤਾਂ ਵੀ ਡੂੜ ਦੋ ਘੰਟਿਆਂ ਚ ਪਹੁੰਚ ਜਾਵਾਂਗਾ ਪਹੁੰਚਣਾ ਤੇ ਕਚਹਿਰੀ ਹੈ ਨਾ ਹੁਣ ਵਜੇ ਹੋਣੇ ਨੇ 8 ਤੇ 10 ਵਜੇ ਤੋਂ ਪਹਿਲਾਂ ਜਾ ਪੜਾਂਗਾ ਤੇ ਟਾਂਗਾ ਵੀ ਕਿਹੜਾ ਕਿਤੇ ਮੋਟਰ ਕਾਰ ਏ ਜੇ ਕਿਤੇ ਲੀਚ ਫਸ ਕੇ ਡਿੱਗ ਜਾਏ ਤਾਂ ਜਾਨ ਨੂੰ ਖਤਰਾ ਟਕੇ ਚਲ ਟਿਚਕੂ ਟਿਚਕੂ ਕਦੇ ਉਲਾਰ ਦੇ ਕੇ ਗੱਜ ਸੱਜੇ ਤੇ ਕਦੇ ਤਿੰਨ ਗੱਜ ਖੱਬੇ ਫਿਰ 10 ਪੈਸੇ ਨਾ ਲੈਣਾ ਸੁਖਾਲਾ ਪਰ ਉਹਦੀ ਮਾਂ ਝੂਠ ਥੋੜੀ ਆਉਂਦੀ ਸੀ ਅਕੇ ਅੱਜਕੱਲ ਬੰਦਾ ਮਾਰਿਆ ਪੈਸਾ ਨਹੀਂ ਲੱਭਦਾ ਇਸ ਵਿੱਚ ਝੂਠ ਕੀ ਪਤਾ ਤੇ ਉਹਨੂੰ ਲੱਗਦਾ ਜਿਹਨੂੰ ਹੱਡ ਭੰਨ ਕੇ ਕਮਾਣੇ ਪੈਂਦੇ ਨੇ ਇਹਨਾਂ ਜੱਟਾਂ ਦਾ ਕੀ ਹੈ ਇੱਕ ਦਾਣਾ ਬੀਜਿਆ ਤੇ 100 ਦਾਣੇ ਵੱਢ ਲੇ ਆਕੇ ਬੈਠ ਜਾਓ ਸ਼ਾਹ ਜੀ ਬੈਠ ਜਾਓ ਅਕਲ ਨਾ ਮੌਤ ਇਹਨਾਂ ਹੀ ਖਿਆਲਾਂ ਚ ਮੂਹ ਧਿਆਨ ਤੁਰੇ ਜਾਂਦੇ ਆ ਅਚਾਨਕ ਸ਼ਾਹ ਨੂੰ ਪੱਥਰ ਦਾ ਠੇਡਾ ਲੱਗਾ ਤੇ ਜੁੱਤੀ ਦਾ ਪੱਬ ਹੋਰ ਥੋੜਾ ਜਿਹਾ ਪਾਟ ਗਿਆ ਤੇ ਪੈਰ ਦਾ ਅੰਗੂਠਾ ਤੇ ਦੋ ਉਂਗਲਾਂ ਜੁੱਤੀ ਚੋਂ ਬਾਹਰ ਆ ਨਿਕਲ ਆਈਆਂ ਨਾਲ ਹੀ ਠੋਕਰ ਨਾਲ ਲਹੂ ਵੀ ਸੇਮਪਿਆ ਕੋਈ ਅਰਜਨੀ ਐ ਬੂਏ ਤੇ ਕਚਹਿਰੀ ਏਸੇ ਤਰ੍ਹਾਂ ਦਿਲ ਨੂੰ ਟਾਰਸ ਦਿੰਦਾ ਹੋਇਆ ਰਾਮੇਸ਼ਾ ਤੁਰਿਆ ਜਾ ਰਿਹਾ ਸੀ ਕੱਚੇ ਮਾਰੀ ਹੋਈ ਚੱਦਰ ਮੁੜਕੇ ਨਾਲ ਭਿੱਜਣ ਲੱਗੀ ਵਹੀ ਭਾਵੇਂ ਕਈਆਂ ਤੇ ਅੰਝ ਲਪੇਟੀ ਸੀ ਪਰਸ਼ਾਨ ਉਹ ਡਰ ਸੀ ਮੁੜਕਾ ਉਹਦੇ ਵਰਕਿਆਂ ਤੱਕ ਨਾ ਜਾ ਪੁੱਜੇ ਤੇ ਉਹਨੇ ਚੱਦਰ ਦੀ ਗੰਢ ਕੱਛ ਦੇ ਹੇਠੋਂ ਕੱਢ ਮੋਢੇ ਤੇ ਰੱਖ ਲਈ ਮੀਲ ਸਵਾ ਮੀਲ ਤੱਕ ਰਾਮੇਸ਼ਾ ਬਰਾਬਰ ਪਿੱਛੇ ਮੁੜ ਮੁੜ ਕੇ ਵੇਖਦਾ ਗਿਆ ਉਹਦੇ ਕੰਨ ਬਰਾਬਰ ਟਾਂਗੇ ਦੀ ਖੜਖੜ ਨੂੰ ਢੀਕਦੇ ਰਹੇ ਹੋ ਸਕਦਾ ਉਹਨੂੰ ਸਵਾਰ ਹੋਣ ਦਾ ਖਿਆਲ ਹੋਵੇ ਪਰ ਇਦੋਂ ਬਹੁਤਾ ਖਿਆਲ ਉਹਨੂੰ ਇਸ ਗੱਲ ਦਾ ਸੀ ਵੀ ਟਾਂਗਾ ਜੇ ਪਹਿਲਾਂ ਕਚਹਿਰੀ ਪਹੁੰਚ ਗਿਆ ਤੇ ਇਹ ਉਹਦੀ ਹੀਠੀ ਦਾ ਕਾਰਨ ਹੋਏਗਾ ਉੱਤੇ ਸਤੇਜ਼ ਕਦਮ ਪੁੱਟਦਾ ਤੁਰਿਆ ਜਾ ਰਿਹਾ ਸੀ ਤੇ ਟਾਂਗੇ ਦੀ ਤਾਂ ਉਹਦੇ ਦਿਮਾਗ 'ਚ ਬਿਸ਼ਨ ਜੱਟ ਫਿਰ ਰਿਹਾ ਸੀ ਅਥਵਾ ਬਿਸ਼ਨ ਜੱਟ ਬਾਬਤ ਕੁਝ ਠੰਡੇ ਜਿਹੇ ਵਿਚਾਰ ਅਰਜੀ ਪਾਣੀ ਵੀ ਕਿਹੜੀ ਸੁਖਾ ਲਈਏ ਦਾੜੀ ਨਾਲੋਂ ਮੁੱਛਾਂ ਵੱਜ ਜਾਂਦੀਆਂ ਨੇ ਪੌਣੇ 300 ਦੀ ਡਿਗਰੀ ਲੈਂਦੇ ਆਂ ਤੇ ਕੁ ਸੌ ਸਵਾ 100 ਦੇ ਖਰਚ ਹੋ ਜਾਣਾ ਤੇ ਖਬਰੇ ਕਿੰਨੀਆਂ ਕੁ ਪੇਸ਼ੀਆਂ ਭੁਗਤਰੀਆਂ ਪੈਣ ਅੱਗੋਂ ਮੁਕੱਦਮਾ ਹੋਇਆ ਦੀਵਾਨੀ ਦੀਵਾਨੀ ਤੇ ਸੱਚਮੁੱਚ ਲੈਣਦਾਰਾਂ ਨੂੰ ਦਿਵਾਲਾ ਕਰ ਛੱਡ ਦिए ਉੱਥੋਂ ਅੱਜ ਕੱਲ ਦਾ ਕਾਨੂੰਨ ਹੋਇਆ ਜੱਟਾਂ ਦੇ ਹੱਕ 'ਚ ਨਾਕਾਇਦ ਕਰ ਸਕਣਾ ਆ ਨਾ ਜ਼ਮੀਨ ਕੋਰ ਕੋ ਹੋ ਸਕਦੀ ਹੋਈ ਤੇ ਵਸੂਲ ਕੀ ਹੋਣਾ ਹੋਇਆ ਮਿੱਟੀ ਤੇ ਸੁਆਹ ਘਰ ਦੇ ਚਾਰ ਪਾਂਡੇ ਉਹ ਵੀ ਕਿਸਮਤ ਨਾਲ ਤੇ ਉਮਰਾਂ ਦਾ ਵੈਰ ਵਿਹਾਜ ਲੈਣਾ ਵੱਖਰਾ ਸੋ ਬੰਦਾ ਕਰੇ ਤਾਂ ਕੀ ਕਰੇ ਕਿ ਡੀ ਖੁੰਝ ਹੋ ਗਈ ਕਰਮਾਂ ਦੀ ਮਾਰ ਜੇ ਕਦੇ ਉਸ ਵੇਲੇ 파ਰੋ ਦੀ ਮਾਂ ਦੇ ਆਖੇ ਲੱਗ ਪੈਂਦਾ ਤਾਂ ਅੱਜ ਕਨ ਖੱਜਲ ਹੋਣਾ ਸੀ ਹਾਲ ਦੀ ਘੜੀ ਤੇ ਵਿਆਜ ਲੈਂਦੇ ਲੈਂਦੇ ਮੂਲ ਵੀ ਗਵਾ ਬੈਠਾ ਪਰ ਕੋਈ ਗੱਲ ਨਹੀਂ ਇੱਕ ਵਾਰੀ ਤੇ ਬਿਛਨੇ ਦੇ ਬੂਏ ਤੇ ਮੈਂ ਵੀ ਡੁੱਗੀ ਵਜਾ ਕੇ ਛੱਡਣੀ ਵਸੂਲ ਕੁਝ ਹੋਵੇ ਪਾਵੇ ਨਾ ਹੋਵੇ ਇੱਜ਼ਤ ਆਬਰੂ ਤੇ ਉਹਦੀ ਮਿੱਟੀ 'ਚ ਰੋਲ ਕੇ ਛੱਡਾਂਗਾ ਖੜ ਖੜ ਦੀ ਆਵਾਜ਼ ਤੇ ਘੱਟੇ ਦੇ ਇੱਕ ਗੁਬਾਰਨੇ ਰਮੇਸ਼ਾ ਦੀ ਵਿਚਾਰਧਾਰਾ ਤੋੜ ਦਿੱਤੀ ਉਹੀ ਟੰਗਾ ਆ ਰਿਹਾ ਸੀ ਸ਼ਾ ਦੋ ਦਲੀਲੀਆਂ 'ਚ ਪੈ ਗਿਆ ਬਹਿ ਜਾਵਾਂ ਕਿ ਨਾ ਫੈਂਡਾ ਤਾਂ ਕੋਈ ਡੇਡ ਕੋ ਮੁੱਕ ਗਿਆ ਕੁਲ ਢਾਈ ਤਿੰਨ ਕੋ ਮਸੇ ਬਾਕੀ ਇਹ ਤੇ ਭਲਾ ਜੇ ਅੱਧੋ-ਅੱਧ ਲੈ ਲਵੇ ਚਾਰ-ਪੰਜ ਪੈਸੇ ਹਾਂ ਫੇਰ ਤੇ ਕੋਈ ਮਹੰਗਾ ਨਹੀਂ ਪਰ ਇਹ ਟਾਂਗੇ ਵਾਲੇ ਬੜੇ ਕੱਬੇ ਨੇ ਕਿੱਥੋਂ ਮੰਨਣ ਲੱਗਾ ਪਰ ਚਲੋ ਨਹੀਂ ਮੰਨੇਗਾ ਨਾ ਸੀ ਪਰ ਪਰ ਇਹ ਜੁੱਤੀ ਖਸਮਾ ਖਾਣੀ ਨੇ ਬੜਾ ਤੰਗ ਕੀਤਾ ਖੈਰ ਕੋਈ ਗੱਲ ਨਹੀਂ ਬਹੁਤ ਔਖਿਆ ਕਰੇਗੀ ਤੇ ਹੱਥ ਫੜ ਲਾਂਗਾ ਇਹੋ 5-6 ਪੈਸੇ ਮੋਚੀ ਨੂੰ ਦੇਾਂਗਾ ਜੁੱਤੀ ਨਵੀਂ ਨਕੋਰ ਹੋ ਜਾਏਗੀ ਹੁਣਾਲ ਹੁਣਾਲ ਤੇ ਜਾਂਦੀ ਨਹੀਂ ਸਿਆਲ ਨੂੰ ਸੁੱਕ ਰਹੀ ਤੇ ਫੇਰ ਵੇਖੀ ਜਾਏਗੀ ਇਨੇ ਨੂੰ ਪਿੱਛੋਂ ਆਵਾਜ਼ ਆਈ ਬਹਿ ਜਾਓ ਸ਼ਾਹ ਜੀ ਬਹਿ ਜਾਓ ਕਿਉਂ ਅੱਖੇ ਹੁੰਦੇ ਜੀ ਨਕਰੇ ਢਾਈਆਂ ਆਣੇ ਬਦਲੇ ਢਾਈਆਂ ਨੇ ਅਜੇ ਵੀ ਢਾਈਆਂ ਨੇ ਅੱਧਾ ਪੈਂਡਾ ਮੁਕਾ ਲਿਆ ਸ਼ਾਹ ਸੋਚ ਰਿਆ ਸੀ ਦਫਾ ਕਰ ਉਸ ਪਰ ਟਾਂਗੇ ਵਾਲਾ ਵੀ ਠੀਠ ਨਿਕਲਿਆ ਉਹਨੇ ਟਾਂਗਾ ਲਾਗੇ ਲਿਆ ਖਿਲਾ ਰਿਆ ਸਵਾਰੀਆਂ ਉਸ ਝੋਨੀਆਂ ਹੀ ਸਨ ਤਿੰਨ ਦੀਆਂ ਤਿੰਨ ਉਹ ਇੱਕ ਵਾਰੀ ਫੇਰ ਪੁਕਾਰਿਆ ਇਹ ਗੱਲ ਤੇ ਸੁਣੋ ਸ਼ਾਹ ਜੀ ਰਮੇਸ਼ਾ ਬੜੀ ਲਾਪਰਵਾਹੀ ਨਾਲ ਜਿਵੇਂ ਉਹਨੂੰ ਟਾਂਗੇ ਤੇ ਬੈਠਣ ਦੀ ਉਹ ਕਲੌੜਨੀ ਰੁੱਕਿਆ ਹਾਂ ਕੀ ਗੱਲ ਇਹ ਮੈਂ ਕਿਹਾ ਬੈਠ ਜਾ ਚਲੋ ਦੋ ਅੰਨੇ ਦੇ ਦੇਣੀ ਹੁਣ ਤੇ ਰਾਜ਼ੀ ਹੋ ਸ਼ਾਹ ਨੂੰ ਇਸ ਮੂਰਖ ਦੀ ਅਕਲ ਤੇ ਗੁੱਸਾ ਆ ਰਿਹਾ ਸੀ ਛੀ ਪੈਸੇ ਮੈਂ ਇਹਨੂੰ ਅੱਡੇ ਤੇ ਕਹੇ ਸੀ ਤੇ ਹੁਣ ਅੱਧ ਚਾ ਕੇ ਦੁਵਾਨੇ ਤੁਰਿਆ ਜਾ ਤੁਰਿਆ ਜਾ ਸ਼ਾਹ ਨੇ ਗੁੱਸੇ ਨਾਲ ਕਿਹਾ ਤੇ ਆਪ ਉਹ ਤੋਂ ਅੱਗਲ ਵਾਂਢੀ ਤੁਰ ਪਿਆ ਅੱਛਾ ਤੁਸੀਂ ਕੀ ਦੇਣਾ ਭਲਾ ਟਾਂਗੇ ਵਾਲੇ ਨੇ ਫੇਰ ਇੱਕ ਵਾਰ ਕਿਸਮਤ ਅਜਮਾਉਣ ਲਈ ਪੁੱਛਿਆ ਚਾਰ ਪੈਸੇ ਚਾਰ ਪੈਸੇ ਤੇ ਸ਼ਾਹ ਨੇ ਕਦਮ ਤੇਜ਼ ਕਰ ਲਏ ਤੁਰੇ ਚੱਲੋ ਤਾਂ ਫੇਰ ਟਾਂਗੇ ਵਾਲੇ ਨੇ ਘੋੜੇ ਨੂੰ ਛਾਂਟਾ ਮਾਰਦਿਆਂ ਖਿੱਚ ਕੇ ਕਿਹਾ ਤੋਂ ਪਕੜਾਕੇਦਾਰ ਹੋ ਗਈ ਰਮੇਸ਼ਾ ਨੂੰ ਜੁੱਤੀ ਨੇ ਅਜ ਵਰਗਾ ਧੋਖਾ ਕਦੇ ਨਹੀਂ ਸੀ ਦਿੱਤਾ ਸੱਚ ਕਹਿੰਦੇ ਠੋਕਰੀ ਹੋਈ ਥਾਂ ਨੂੰ ਹੀ ਠੋਕਰਾਂ ਲੱਗਦੀਆਂ ਨੇ ਇੱਕ ਠੋਕਰ ਲੱਗੀ ਛੇਤਰ ਦਾ ਗਲਾਦ ਦੁਫਾੜ ਹੋ ਗਿਆ ਤਲਾ ਵੱਖਰਾ ਉੱਪਰਲਾ ਹਿੱਸਾ ਵੱਖਰਾ ਹੁਣ ਇਸ ਚ ਪੈਰ ਦਾ ਅੜਨਾ ਮੁਸ਼ਕਲ ਸੀ ਇੱਕ ਆਦਵਾਰੀ ਲੀਰ ਬਣ ਕੇ ਆਹ ਨੇ ਕੰਮ ਸਾਰਨ ਦੀ ਕੀਤੀ ਪਰ ਇਹਦਾ ਕੋਈ ਲਾਭ ਨਾ ਹੋਇਆ ਅਖੀਰ ਹੀ ਕਿ ਛੇਤਰ ਹੱਥ ਵਿੱਚ ਤੇ ਇੱਕ ਪੈਰ ਚ ਲੈ ਕੇ ਪੰਧ ਮੁਕਾਣਾ ਸ਼ੁਰੂ ਕੀਤਾ ਪਰ ਇਹ ਵਿਉਂਤ ਵੀ ਸੇਰੇ ਨਾ ਚੜੀ ਹਾਰ ਦੇ ਮਹੀਨੇ ਦੀ ਧੁੱਪ ਤੇ ਰੇਤਲਾ ਪੰਧ ਨੰਗਾ ਪੈਰ ਪਟੂਰੇ ਵਰਗਾ ਹੋ ਗਿਆ। ਬੜੀ ਮੁਸੀਬਤ ਬਣੀ। ਟੁੱਟਾ ਹੋਇਆ ਛਤਰ ਕਦੀ ਰameshਾ ਦੇ ਹੱਥ ਵਿੱਚ ਕਦੀ ਪੈਰ 'ਚ ਹੁੰਦਾ। ਧੁੱਪ ਪੈਰੋਂ ਪੈਰ ਤੀਜ਼ ਹੁੰਦੀ ਜਾ ਰਹੀ ਸੀ। ਪੰਡਾ ਜੀ ਤੱਕ ਢਾਈ ਕੋ ਬਾਕੀ ਸੀ। ਸ਼ਾਹ ਨੂੰ ਰਹਿ ਰਹਿ ਕੇ ਏਰਮਾਨ ਲੱਗਦਾ ਕਾ ਨੂੰ ਝੇੜਾ ਪਾ ਬੈਣਾ ਸੀ। ਦੋ ਚੌ ਪੈਸੇ ਆ ਬਦਲੇ ਸਾਰੇ ਹੁੰਦੇ ਕਿਨੇ ਪੈਸੇ ਜਾਨ ਨਾਲ ਜਹਾਨ ਤੇ ਘੜੀ ਮੁੜੀ ਕਿਸੇ ਹੋ ਟਾਂਗੇ ਦੀ ਉਡੀਕ ਚ ਪਛਾਂ ਤੱਕਦਾ ਜਾ ਰਿਹਾ ਸੀ ਗਰਮੀ ਤੇ ਪੈਰ ਦੀ ਤਕਲੀਫ ਤੋਂ ਛੁੱਟ ਰਮੇਸ਼ਾ ਨੂੰ ਇੱਕ ਹੋਰ ਖਿਆਲ ਸਤਾ ਰਿਹਾ ਸੀ ਇਸ ਉਜਾੜ ਬਿਆਬਾਂ ਚ ਜੇ ਕਿਤੇ ਬਿਸ਼ਨਾ ਟੱਕਰ ਪਵੇ ਜਾਂ ਨਾ ਜਾਣੀ ਉਹਨੇ ਮਗਰੇ ਮਗਰ ਕੋਈ ਬੰਦਾ ਛੱਡਦਾ ਹੋਵੇ ਉਹ ਆ ਕੇ ਮੈਨੂੰ ਮੇਰੀ ਵਹੀ ਸੋਚਦਿਆਂ ਸੋਚਦਿਆਂ ਰਮੇਸ਼ਾ ਦਾ ਮੁੜਕਾ ਕੱਚੀਆਂ ਤੇਲੀਆਂ ਚ ਵਟ ਗਿਆ ਡਰ ਨਾਲ ਉਹਦਾ ਸਾਖ ਖਲ ਵਿੱਚ ਨਹੀਂ ਸੀ ਸਮਾਉਂਦਾ ਦੂਰ ਤੋੜੀ ਨਜ਼ਰ ਸੁੱਟ ਕੇ ਉਹ ਕਿਸੇ ਸਾਥੀ ਰਾਹੀ ਦੀ ਉਡੀਕ ਕਰਨ ਲੱਗਾ ਇਹ ਤੋਂ ਬਾਅਦ ਉਹ ਜਿੰਨੇ ਕਦਮ ਗਾਂ ਤੁਰਦਾ ਜਾਂਦਾ ਉਹਨੇ ਵੱਖੋ ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਉਹਦੀ ਘਬਰਾਹਟ ਨੂੰ ਵਧਾਈ ਚੱਲੇ ਜਾ ਰਹੀ ਸੀ ਹੋਰ ਕੁਝ ਗਾਂ ਜਾ ਕੇ ਉਹਨੂੰ ਇਸ ਤਰ੍ਹਾਂ ਦਾ ਅਨੁਭਵ ਹੋਣ ਲੱਗਾ ਜਿਵੇਂ ਸੱਚਮੁੱਚ ਬਿਛਣਾ ਜੱਟੋ ਦਾ ਖੁਰਾ ਚੁੱਕੀ ਮਗਰੇ ਮਗਰ ਨਠਾ ਰਿਹਾ ਹੈ ਕੁਝ ਦੁਰਾਡੇ ਸੜਕ ਦੇ ਕੰਢੇ ਉਹਨੂੰ ਇੱਕ ਸੰਗਣਾ ਬੋਰਡ ਦਿਖਾਈ ਦਿੱਤਾ ਜਿੱਥੋਂ ਖੂਬ ਵਗਣ ਦੀ ਨਿਮੀ ਨਿਮੀ ਆਵਾਜ਼ ਆ ਰਹੀ ਸੀ ਪਰੇ ਥਾ ਉਹਨੂੰ ਜਿੰਨੀ ਨੇੜੇ ਦਿਖਾਈ ਦਿੱਤੀ ਅਸਲ 'ਚ ਇੰਨੀ ਨੇੜੇ ਨਹੀਂ ਸੀ। ਅਖੀਰ ਕਿਸੇ ਤਰ੍ਹਾਂ ਖਿੱਚ-ਖਸੀਟ ਕੇ ਬੋਰਡ ਤੱਕ ਜਾ ਹੀ ਪੁੱਜਾ। ਪਰ ਹੁਣ ਉਸ 'ਚ ਸਾਹ ਸੱਤ ਬਾਕੀ ਨਹੀਂ ਸੀ। ਕੱਪੜੇ ਮੁੜਕੇ ਨਾਲ ਭਿੱਜੇ ਹੋਏ ਤਰੇ ਨਾਲ ਗਲੇ ਦੀਆਂ ਰਗਾਂ ਮਿਲੀਆਂ ਹੋਈਆਂ। ਡਰ ਤੇ ਗਰਮੀ ਨਾਲ ਅੱਖਾਂ ਅੱਗੇ ਭੰਬਲਤਾ ਰਹੀ ਫਿਰ ਰਹੇ ਸੀ ਤੇ ਸਿਰ ਉਹਦਾ ਘਰਾਟ ਵਾਂਗ ਭੌਂ ਰਿਹਾ ਸੀ। ਉਹਨੇ ਇੰਨਾ ਹੀ ਸ਼ੁਕਰ ਕੀਤਾ ਕਿ ਬੋਰਡ ਤੀਕ ਪਹੁੰਚਣ ਤੋਂ ਪਹਿਲਾਂ ਹੀ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪਿਆ। ਖੂਬ ਆਗਰਿਆ ਸੀ ਠੰਡੀ ਠੰਡੀ ਹਵਾ ਰੂਮ ਕਰ ਰਹੀ ਸੀ ਬੂੜ ਦੇ ਛਾਵੇਂ ਬੰਨੇ ਹੋਏ ਦੋ ਠੱਗੇ ਮਸਤੀ ਨਾਲ ਅੱਖਾਂ ਮਿੱਟੀ ਜੁਗਾਲੀ ਕਰ ਰਹੇ ਸੀ ਇੱਕ ਲੱਖਾ ਬੈੜਕਾ ਇੱਧਰ ਉੱਧਰ ਫਿਰਦਾ ਹੋਇਆ ਕਾਹਦੀਆਂ țeੜਾਂ ਨੂੰ ਇਸ ਤਰ੍ਹਾਂ ਸਵਾਦ ਲਾ ਲਾ ਕੇ ਚੱਲ ਰਿਹਾ ਸੀ ਜਿਵੇਂ ਜੱਟ ਮੇਲੇ 'ਚ ਜਲੇਬੀਆਂ ਖਾਂਦਾ ਲੱਗੇ ਇੱਕ ਬਾਣ ਦੇ ਭਾਰੇ ਮੰਜੇ ਤੇ ਕੋਈ ਸੁੱਤਾ ਹੋਇਆ ਘੁਰਾੜੇ ਮਾਰ ਰਿਹਾ ਸੀ ਨਸਾਰ ਤੋਂ ਮੂੰਹ ਹੱਥ ਧੋ ਕੇ ਰਮੇਸ਼ਾ ਨੇ ਮੁੜ ਕੇ ਭਰੀ ਕਮੀਜ਼ ਲਾ ਕੇ ਆਣੂ ਚ ਸੁੱਟਦੀ ਫਿਰ ਲਾਗਲੀ ਸਿਲ ਤੇ ਖਲੋ ਕੇ ਤੋਂ ਪੇਪਰਤੀ ਇਸ ਵੇਲੇ ਬੋਰਡ ਤੋਂ ਛਣ ਕੇ ਆਈਆਂ ਸਿਖਰੀ ਸੂਰਜ ਦੀਆਂ ਕਿਰਨਾਂ ਉਹਦੇ ਸਿਰ ਤੇ ਫਿਰਦੀਆਂ ਹੋਈਆਂ ਉਹਨੂੰ ਬਾਕੀ ਰਹਿੰਦੇ ਪੰਧ ਦਾ ਚੇਤਾ ਕਰਾ ਰਹੀਆਂ ਸੀ ਪਰ ਰਮੇਸ਼ਾ ਉੱਠ ਕੇਵੇਂ ਤੇ ਪੈਰ ਦੀ ਪੀੜ ਨੇ ਬਿਹਾਲ ਕੀਤਾ ਸੀ ਪੈਰ ਦੇ ਉਤਲੇ ਹਿੱਸੇ ਤੇ ਛਾਲੇ ਉੱਭਰ ਆਏ ਸਨ ਤੇ ਹੇਠਲਾ ਹਿੱਸਾ ਬਰਸਾਤ ਦੇ ਕੱਲਰ ਵਾਂਗ ਫਫੂਸਿਆ ਹੋਇਆ ਸੀ ਜੁੱਤੀ ਦਾ ਇਸ 'ਚ ਅੜਨਾ ਤਾਂ ਦੂਰ ਦੀ ਗੱਲ ਛੋਣਾ ਵੀ ਔਖਾ ਸੀ ਲੱਤਾਂ ਬਾਹਾਂ ਧੋਣ ਨਾਲ ਤੇ ਠੰਡੀ ਹਵਾ ਨਾਲ ਮੁੜਕਾ ਸੁਕਣ ਨਾਲ ਜਦੋਂ ਉਹਦੀ ਕੁਝ ਹੋਸ਼ ਫੇਰੀ ਤਾਂ ਉਹਨੂੰ ਉਸ ਪੈਂਡੇ ਦਾ ਖਿਆਲ ਆਇਆ ਜਿਹੜਾ ਅਜੇ ਤੀਜੇ ਹਿੱਸੇ ਦੇ ਲਗਭਗ ਬਾਕੀ ਸੀ ਕਮੀਜ਼ ਸੁੱਕਣ ਦੀ ਉਡੀਕ ਚ ਬੋਰਡ ਦੇ ਮੁੱਢ ਨਾਲ ਪਿੱਠ ਜੋੜ ਕੇ ਬੈਠ ਗਿਆ ਤੇ ਉਹਨੂੰ ਚਪਕੀ ਜੀ ਆਉਣ ਲੱਗੀ ਟਾਂਗੇ ਦੀ ਖੜਖੜ ਫੇਰ ਸੁਣਾਈ ਦਿੱਤੀ ਤੇ ਉਹਨੇ ਜਾ ਕੇ ਜਾਂ ਪਛਾਂਪੜਤ ਕੇ ਵੇਖਿਆ ਡਰ ਨਾਲ ਬੜ ਬੜਾ ਉੱਠਿਆ ਉਹੀ ਤਿੰਨ ਸਵਾਰੀਆਂ ਟਾਂਗੇ ਤੋਂ ਉਤਰੀਆਂ ਇੱਕ ਬੁਰਕੇ ਵਾਲੀ ਤੇ ਦੋ ਪੱਗਾਂ ਵਾਲੀਆਂ ਤੇ ਪਾਇਦਾਨ ਤੋਂ ਛਾਲ ਮਾਰਦੇ ਉਸ ਬੁਰਕੇ ਵਾਲੀ ਸਵਾਰੀ ਨੇ ਬੁਰਕਾ ਲਾ ਕੇ ਟਾਂਗੇ 'ਚ ਸੁੱਟਦਾ ਉਹੀ ਮੇਰੀ ਮਾਂ ਵਿਸ਼ਨਾ ਜੱਟ ਤੇ ਵਿਸ਼ਨਾ ਆਪਣੇ ਦੋਹਾਂ ਸਾਥੀਆਂ ਨੂੰ ਅੱਖ ਨਾਲ ਕੋਈ ਇਸ਼ਾਰਾ ਕਰਕੇ ਧਗੜ-ਧਗੜ ਕਰਦਾ ਰਾਮੇਸ਼ਾਹ ਦੇ ਸਿਰ ਤੇ ਆ ਖੜ ਗਿਆ ਕਿੱਥੇ ਚੱਲੇ ਆਂ ਸੇ ਅਰਜੀਪਾਨ ਠਹਿਰ ਜਾ ਤੈਨੂੰ ਅਰਜੀ ਤੇ ਭਵਾ ਲਵਾਂ ਤੇ ਉਹਨੇ ਆਪਣੇ ਦੋਹਾਂ ਸਾਥੀਆਂ 'ਚੋਂ ਇੱਕ ਨੂੰ ਪੁਕਾਰਿਆ ਫੜੋ ਕਿਰਪਾ ਸਿਆ ਜਾਣਨਾ ਦੇਈ ਸੂ ਤੇ ਉਸ ਤੋਂ ਬਾਅਦ ਕਿਰਪਾ ਸਿੰਘ ਨੂੰ ਘਸੀਟ ਕੇ ਮੰਜੇ ਕੋਲ ਲੈ ਗਿਆ ਮੰਜੇ ਦੀ ਸਰਾਂਦੀ ਵਾਲਾ ਪਾਵਾ ਚੁੱਕ ਕੇ ਉਹਨੇ ਰਮੇਸ਼ਾ ਦਾ ਪੈਰ ਉਹਦੇ ਹੇਠ ਦੇ ਦਿੱਤਾ ਆਪ ਤੇ ਉਹਦਾ ਸਾਥੀ ਦੂਜਾ ਛਾਲ ਮਾਰ ਕੇ ਮੰਜੇ ਤੇ ਚੜ ਬੈਠੇ ਪੀੜ ਨਾਲ ਰਮੇਸ਼ਾ ਦੀਆਂ ਚੰਗਰਾਂ ਨਿਕਲ ਗਈਆਂ ਉਤੋਂ ਵਿਸ਼ਨਾ ਜਾਟੇ ਕਹਿੰਦਾ ਹੋਇਆ ਉਸ ਪਾਸੋਂ ਵਹੀ ਖੂਣ ਦੀ ਕੋਸ਼ਿਸ਼ ਕਰਨ ਲੱਗਾ ਔਰੇ ਕਰਖਾ ਤੇਰੇ ਇਸ ਧਰਮਰਾਜ ਦੇ ਪੋਥੇ ਨੂੰ ਤੇ ਬਿਲੇ ਲਾਵਾਂ ਜਿਉਂ-ਜਿਉਂ ਵਿਸ਼ਨਾ ਵਹੀ ਨੂੰ ਖਿੱਚਦਾ ਤਿਆਂ ਤੇ ਰਮੇਸ਼ਾ ਉਹਨੂੰ ਬਾਹਾਂ 'ਚ ਕੱਸਣ ਦੀ ਕੋਸ਼ਿਸ਼ ਕਰਦਾ ਅਖੀਰ ਸ਼ਾਦੀ ਕੋਸ਼ਿਸ਼ ਬੇਕਾਰ ਸਾਬਤ ਹੋਈ ਤੇ ਬਿਛਣੇ ਦੀ ਸਹਾਰਥੀ ਵਹੀ ਖੁੱਸਣ ਦੀ ਢਿੱਲ ਸੀ ਕਿ ਰਾਮੇਸ਼ਾ ਨੇ ਉਹਦੇ ਮਗਰ ਨੱਠਣਾ ਚਾਹਿਆ ਪਰ ਪੈਰ ਮੰਜੀ ਹੇਠ ਦੱਬਿਆ ਹੋਣ ਕਰਕੇ ਉਹਦੀ ਕੁਝ ਵੀ ਪੇਸ਼ ਨਾ ਜਾ ਸਕੀ ਤੇ ਉਹ ਪਾਗਲਾ ਵਾਂਗ ਮੂੰਹ ਆਇਆ ਬੋਲਣ ਲੱਗਾ ਇਹਨੇ ਨੂੰ ਟਾਂਗੇ ਵਾਲਾ ਉਹਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ ਸ਼ਾਹ ਜੀ ਬਹਿ ਜਾਓ ਹੁਣ ਰਹਿਮਾਨ ਕਰਕੇ ਰਾਮੇਸ਼ਾ ਨੇ ਗੋਡਿਆਂ ਤੇ ਟਿਕੇ ਹੋਏ ਸਿਰ ਨੂੰ ਚੁੱਕ ਕੇ ਤਾਂ ਤੱਕਿਆ ਬੋਰਡ ਦੇ ਮੋੜ ਨਾਲ ਚੋਖੇ ਚਿਰ ਤੋਂ ਢੱਸਣਾ ਲੱਗੀ ਰਹਿਣ ਕਰਕੇ ਉਹਦੀ ਨੰਗੇ ਪਿੱਠ 'ਚ ਪੀੜ ਹੋ ਰਹੀ ਸੀ ਪੈਰ ਵਿੱਚ ਅਜੇ ਵੀ ਚੀਸਾ ਨਿਕਲ ਰਹੀਆਂ ਸੀ ਪਰ ਪਾਵੇ ਹੀਟ ਹੋਣ ਕਰਕੇ ਨਹੀਂ ਜੁੱਤੀ ਲੱਗਣ ਕਰਕੇ ਤੇ ਉਹਦੇ ਪੱਟਾਂ 'ਚ ਪਈ ਚਾਦਰ 'ਚ ਲਪੇਟੀ ਵਹੀ ਨੂੰ ਲਾਕਾ ਵਹਿੜ ਕਾ ਖਿੱਚ ਰਿਆ ਸੀ ਜਿਹਨੂੰ ਸ਼ਿਸ਼ਕਰ ਕੇ ਪਰੇ ਹਟਾਉਂਦਾ ਹੋਇਆ ਉਹੀ ਟਾਂਗੇ ਵਾਲਾ ਕਹਿ ਰਿਹਾ ਸੀ ਸ਼ਾਹ ਜੀ ਜੇ ਮੈਂ ਨਾ ਆਉਂਦਾ ਤਾਂ ਤੁਹਾਡੀ ਵਹੀ ਇਸ ਬੱਚੇ ਨੇ ਖਿੱਚ ਕੇ ਲੈ ਜਾਣੀ ਸੀ ਨਾਲੇ ਚਾਦਰ ਜੱਬ ਕੇ ਚੌੜ ਕਰ ਸੁੱਟਣੀ ਸੀ ਮੈਜੋ ਟਾਂਗੇ ਚ ਚੱਲਣਾ ਜੇ ਤੇ ਮੈਂ ਜ਼ਰਾ ਘੋੜੇ ਨੂੰ ਪਾਣੀ ਡਾਲਵਾ ਰਾਮ 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 ਸ਼ਾਹ ਨੇ ਉਬਾਸੀ ਲੈ ਕੇ ਅੱਖਾਂ ਮਿਲਦੇਆਂ ਹੋਇਆਂ ਕਿਆ ਕਿਡਾ ਭੈੜਾ ਸੁਪਨਾ ਸੀ ਤੇ ਵਈ ਨੂੰ ਹੋਰ ਚੰਗੀ ਤਰ੍ਹਾਂ ਘੁੱਟ ਕੇ ਉਹਨੇ ਚਾਦਰ ਚ ਲਪੇਟ ਲਿਆ ਤਾਈਓ ਬਰਡਾਉਣ ਡੈਸੋ ਟਾਂਗੇ ਵਾਲੇ ਨੇ ਟਿਚਕਰ ਭਰੇ ਲੈ ਜੇਚ ਗਿਆ ਮੈਂ ਆਖਿਆ ਖਬਰੇ ਕੀ ਹੋ ਗਿਆ ਤੂੰ ਤਾਂ ਕਚਹਿਰੀਆਂ ਹੋ ਮੋੜ ਹੋ ਮੁੜਿਆ ਸ਼ਾਹ ਨੇ ਗੱਲ ਦਾ ਰੁਖ ਬਦਲਣ ਲਈ ਕਿਆ ਛੇਤੀ ਆ ਗਏ ਤੇ ਉਹਨੇ ਛੇਤੀ ਨਾਲ ਉੱਠ ਕੇ ਕਚੈਰੀ ਜਾਣ ਲਈ ਕਦਮ ਚੁੱਕਿਆ ਪਰ ਪੈਰ ਨੂੰ ਭੋਏ ਤੇ ਰੱਖਣਾ ਮੁਹਾਲ ਹੋ ਗਿਆ ਮਸੇ ਕਮੀਜ਼ ਵਾਲੀ ਥਾਂ ਤੀਕੀ ਪਹੁੰਚ ਸਕਿਆ ਕੀ ਦੱਸਾਂ ਸ਼ਾਹ ਜੀ ਟਾਂਗੇ ਵਾਲੇ ਨੇ ਘੋੜੇ ਦਾ ਲੀਰਾਂ ਦਾ ਤੰਗ ਖੋਲਦਿਆਂ ਕਿ ਆਜ ਤੇ ਕੋਈ ਐਸਾ ਨਹਿਸ਼ ਮੱਥੇ ਲੱਗਾਵੇ ਤੇ ਫੇਰਾ ਵੀ ਉੰਤਰ ਗਿਆ ਪਿੰਡੋਂ ਤਿੰਨ ਸਵਾਰੀਆਂ ਮਿਲੀਆਂ ਸੀ ਤੇ ਮੁਰਦੀਵਾਰੀ ਇੱਕ ਵੀ ਨਾ ਸੰਗ ਪਾੜ-ਪਾੜ ਕੇ ਤੁਰਿਆ ਆਵਾ ਸ਼ਾਹ ਨੇ ਕਮੀਜ਼ ਪਾੰਦਿਆਂ ਹੋਇਆ ਤਾਂ ਸਿਰ ਚੁੱਕ ਕੇ ਸੂਰਜ ਵੱਲ ਤੱਕਿਆ ਪਰ ਛਾਵੇਂ ਢਲ ਰਹੇ ਸਨ ਪ੍ਰਸ਼ਾਦ ਜੀ ਟਾਂਗੇ ਵਾਲੇ ਨੇ ਹੈਰਾਨੀ ਨਾਲ ਕਿਹਾ ਤੁਸੀਂ ਤੇ ਹੱਦੀ ਮੁਕਾਤੀ ਟਾਂਗੇ ਨਾਲੋਂ ਵੀ ਪਹਿਲਾਂ ਆ ਪਹੁੰਚੇ ਜੀ ਜਾਬਦਾ ਕੰਮ ਥੋੜਾ ਹੀ ਹੋਣਾ ਜੇ ਕਚਹਿਰੀ ਹਾਂ ਰਾਮੇਸ਼ਾ ਨੇ ਇੱਧਰ ਉੱਧਰ ਝਾਕਦੇ ਆ ਕਿਹਾ ਜਾਂਦੀ ਐ ਤਰੀਕ ਪੈ ਗਈ ਸੀ ਚਲੋ ਬਹਿ ਜਾਓ ਫਿਰ ਟਾਂਗੇ ਵਾਲੇ ਨੇ ਸ਼ੋਖ ਆਵਾਜ਼ ਚ ਕਿਹਾ ਜੋ ਜੀ ਕਰੇ ਦੇ ਛੱਡਣਾ ਨਾ ਦਿਓਗੇ ਤਾਂ ਵੀ ਖੈਰਸਲਾ ਪਾਣੀ ਡਾਉਣ ਤੋਂ ਬਾਅਦ ਉਹਨੇ ਮੁਰਗ ਟੰਗ ਘੋੜੇ ਨੂੰ ਟਾਂਗੇ ਨਾਲ ਜੋੜਤਾ ਚੱਲ ਭਾਈ ਕਿਆ ਕਿਆ ਅੱਖ ਮਲਦਾ ਰਮੇਸ਼ਾ ਟਾਂਗੇ ਤੇ ਜਾ ਬੈਠਾ ਸੁਜੇ ਹੋਏ ਪੈਰ ਨੂੰ ਉਹਨੇ ਧੋਤੀ ਦੇ ਲੜ ਨਾਲ ਕੱਜ ਲਿਆ ਭਲਕੇ ਵੀ ਜਾਣਾ ਜੇ ਕਚਹਿਰੀ ਟਾਂਗੇ ਵਾਲੇ ਨੇ ਤਪੇ ਹੋਏ ਪਈਆਂ ਵਿਚਾਲੇ ਟਿੰਡ ਨਾਲ ਪਾਣੀ ਛਿੜਕਦਿਆਂ ਕਿਆ ਜਿੱਦਨ ਜਾਣਾ ਹੋਵੇ ਮੈਨੂੰ ਦੱਸ ਛੱਡਿਆ ਕਰੋ ਢਾਠੇ ਖੋਜ ਪਈ ਕਚਹਿਰੀ ਖਿੱਚ ਕੇ ਸ਼ਾਹ ਬੋਲਿਆ ਗੱਲਾਂ ਨਾ ਬਣਾ ਬਹੁਤੀਆਂ ਤੇ ਤੋੜ ਟਾਂਗੇ ਨੂੰ ਅੱਗੇ ਮੇਰੇ ਸਿਰ ਨੂੰ ਚੱਕਰ ਆਉਣ ਡੇ ਹੋਏ ਨੇ ਚੱਕਰ ਤੇ ਆਣੇ ਹੋ ਇਸ਼ਾਹ ਜੀ ਟਾਂਗੇ ਵਾਲਾ ਫੇਰ ਵੀ ਬੋਲਣਾ ਨਾਟਾ ਲਿਆ ਇਸ ਕਹਿਰਾਂ ਦੀ ਗਰਮੀ 'ਚ ਅਟਕੋ ਪੱਕਾ ਪੈਂਡਾ ਮਾਰ ਕੇ ਆਏ ਜੀ ਤੇ ਉਹਨੇ ਘੋੜੇ ਨੂੰ ਛਾਂਟਾ ਲਾਇਆ ਧੰਨਵਾਦ